ਰੋਡਰੇਜ ਮਾਮਲੇ 'ਚ ਬਰੀ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਵਿਖਾਈ ਦੇ ਰਹੇ ਹਨ। ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਮੱਥਾ ਟੇਕਣ ਦੇ ਸਮੇਂ ਵੀ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਨੂੰ ਲੰਬੇ ਹੱਥੀ ਲਿਆ ਸੀ। ਇਸੇ ਤਰ੍ਹਾਂ ਜਲੰਧਰ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਚੱਲ ਰਹੀ ਜ਼ਿਮਨੀ ਚੋਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਅਤੇ ਖਾਸ ਤੌਰ 'ਤੇ ਬਾਦਲ ਪਰਿਵਾਰ ਖਿਲਾਫ਼ ਵੱਡੀਆਂ ਛੁਰਲੀਆਂ ਛੱਡੀਆਂ ਹਨ। ਇੰਨਾ ਹੀ ਨਹੀਂ, ਨਵਜੋਤ ਸਿੰਘ ਸਿੱਧੂ ਨੇ ਗੱਲਾਂ ਹੀ ਗੱਲਾਂ 'ਚ ਬਾਦਲ ਪਰਿਵਾਰ ਦੇ ਰੱਜ ਕੇ ਬੇਇੱਜ਼ਤੀ ਵੀ ਕਰ ਦਿੱਤੀ ਹੈ, ਜਿਸ ਦਾ ਮੌਕੇ 'ਤੇ ਮੌਜੂਦ ਲੋਕਾਂ ਨੇ ਖੂਬ ਆਨੰਦ ਵੀ ਲਿਆ ਹੈ। ਮੇਰੀ ਘਰਵਾਲੀ ਨੇ ਕਿਹਾ, ਔਰ ਮੈਂ ਉਹਨੂੰ ਸੱਚ ਮੰਨਦਾ, ਉਹ ਕਹਿੰਦੀ ਪਿਛਲੀ ਈਸਵੀ ਦਾ ਸਭ ਤੋਂ ਵੱਡਾ ਗਪੌੜੀ ਇਹ ਸੁੱਖਾ ਗੱਪੀ ਹੈ। ਕਹਿੰਦਾ ਮੇਰੇ ਬਾਪੂ ਨੂੰ ਪ੍ਰਧਾਨ ਮੰਤਰੀ ਬਣਾ ਦਿਓ। ਅਰੇ ਮੁੱਖ ਮੰਤਰੀ ਬਣਿਆ ਨੀ, ਮੇਰੇ ਬਾਪੂ ਨੂੰ ਪ੍ਰਧਾਨ ਮੰਤਰੀ ਬਣਾ ਦਿਓ, ਗੰਢੇ 80 ਰੁਪਏ ਤੋਂ 4 ਰੁਪਏ। ਕਹਿੰਦਾ ਕਾਰਕਰਤਾ ਵੀਰੋ, ਆਪਣੇ ਪੱਲੇ ਹਰਾਮ ਦੇ ਪੈਸੇ ਜਾਂ ਟਰਾਲੀਆਂ ਭਰ ਪੈਸੇ ਭੇਜੋ ਤੁਹਾਨੂੰ ਟਰਾਲੀਆਂ ਭਰ। ਸੁਣਿਆ ਕਿ ਨਹੀਂ ਸੁਣਿਆ? ਕਹਿੰਦਾ ਚੱਲ ਗਿਆ ਤੀਰ ਨਹੀਂ ਤੇ ਤੁੱਕਾ, ਰੁੜ ਕੇ ਹਰੀਕੇ ਵਾਲੇ ਪਾਣੀਆਂ 'ਚ ਘੁੜੁੱਕਾ, ਕੱਛਾਂ ਫਿਰੇ ਵਜਾਉਂਦਾ ਸੁੱਖਾ। ਕਹਿੰਦੇ ਗੱਲ ਤੇ ਬੜੀ ਸਿਆਣੀ ਹੈ ਬਾਪੂ। ਕਹਿੰਦਾ ਹਜੇ ਤੇ ਮੇਰੇ ਮੁੰਡੇ ਦੀ ਉਮਰ ਹੀ ਨਿਆਣੀ ਹੈ। ਐਂ ਖੜਜੂ ਬਾਪੂ ਵੀ, ਬਾਪੂ ਇਹਦਾ ਵੀ ਬਾਪ ਹੈ, ਵਾਕਈ ਬਾਪ ਹੈ। ਐਂ ਖੜੂ ਦੇਖ ਰਿਹਾ ਕਿਵੇਂ? ਦੇਖੋ, ਇਹ ਦੇਖੋ 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 ਆਹ ਦੇਖ ਲਓ। ਰਾਜ ਨਹੀਂ ਸੇਵਾ, ਹਾਏ ਓਏ ਸੇਵਾ, ਭੈਣੇ ਭੈਣੇ ਯਾਰ ਮੇਰੀ ਫਤੋ ਦੇ, ਹੈਂ 10% ਸੇਵਾ ਤੇ 90% ਮੇਵਾ। ਬੀਬੀ ਕਹਿੰਦੀ ਮੈਂ ਰੱਜੀ ਕਿਵੇਂ ਛੱਡੇ ਤੂੰ, ਰੱਜੀ ਕਿਵੇਂ ਛੱਡੇ ਤੂੰ, ਹੁਣ ਸੁਝਿਆ ਤੈਨੂੰ 1.5 ਸਾਲ ਦਾ GST ਦਾ ਮੁੱਦਾ ਚੱਲਦਾ, 1.5 ਸਾਲ ਦਾ, 1.5 ਸਾਲ ਦਾ। ਹੁਣ ਉਂਗਲੀ ਕਟਾ ਕੇ ਸ਼ਹੀਦਾਂ 'ਚ ਆਉਣਾ ਚਾਹੁੰਦੀ ਹੈ? ਤੈਨੂੰ ਪਤਾ ਵੀ 3 ਮਹੀਨਿਆਂ ਬਾਅਦ ਇਲੈਕਸ਼ਨ ਹੈ, ਮੈਂ ਕੋਈ ਝੂਠ ਬੋਲਦਾ? ਅੱਜ ਕਹਿੰਦੀ ਰੱਜੀ ਕਿਵੇਂ ਛੱਡੂ। ਉਹ ਤੁਸੀਂ ਕਦੇ ਸਰਪੰਚੀ ਨਹੀਂ ਛੱਡੀ, ਤੁਸੀਂ ਮੰਤਰੀ ਪਦ ਛੱਡਣ ਵਾਲੇ ਹੋ, ਤੁਸੀਂ ਤੇ ਲਸੂੜ ਵਾਂਗੂ ਚਿੰਬੜੇ ਹੋ ਕੁਰਸੀ ਨੂੰ, ਤੁਸੀਂ ਕਦੇ ਕੁਛ ਛੱਡਿਆ? ਉਮਰ ਰਹੀ ਤੇ ਤਾਕਤ ਵਧੀ ਤੇ ਮੁੱਦਾ ਪਾਊ ਮਜੀਠੀਏ ਨੂੰ ਤੇ ਉੱਤੇ ਪਤਾ ਲਵਾਊ। ਯਾਦ ਰੱਖਿਓ ਤੁਸੀਂ ਮੇਰੀ ਗੱਲ, ਪਤਾ ਲਵਾਊ ਜਿਹਦੇ ਤੇ ਲਿਖਿਆ ਹੋਊ ਫਿਰ ਕਬ ਮਿਲੋਗੇ, ਆਣ ਮਿਲੋ ਸੱਜ। ਉਹ ਬਿਕਰਮ ਮਜੀਠੀਆ ਜੇ ਸਿੱਧੂ ਜਿਉਂਦਾ ਤਾਂ ਤੂੰ ਹੈ ਨਹੀਂ, ਤੇ ਨਹੀਂ ਤੇ ਮੈਂ ਹੈ ਨਹੀਂ। ਪੱਜ ਮਜੀਠੀਆ ਪੱਜ ਓਏ, ਕਿ STF ਦੀ ਰਿਪੋਰਟ ਆਉਂਦੀ ਹੈ ਤੇਰੇ ਥੱਲੇ ਆਤਿਸ਼ਬਾਜ਼ੀ ਲਾਉਂਦੀ ਹੈ। ਠੋਕੋ ਟਕਾ ਕੇ ਠੋਕੋ, ਪੱਜ ਪੱਜ ਚੋਰ ਗਿਆ, ਦਾਇਰ ਨੂੰ ਰੋਟੀ ਖਵਾਉਣ ਵਾਲਿਆ ਪੱਜ ਪੱਜ ਕਿੱਥੇ ਪੱਜ ਦੇ? ਅੱਖ ਲੋਤਾ ਸੱਚ ਤੇ ਹੱਕ ਦੇ ਲਈ ਸਭ ਕੁਛ ਕੁਰਬਾਨ ਕਰਨ ਦੇ ਲਈ, ਇਹ ਸਿੱਧੂਆਂ ਤੋਂ ਬੜਾ ਡਰਦਾ, ਹਰਪ੍ਰੀਤ ਸਿੱਧੂ ਤੋਂ ਡਰਦਾ। ਆਹ ਤੁਹਾਡੇ ਕੋਲ ਸਰ ਸਿੱਧੂ ਖੜਾ, ਬਾਕੀ ਕੈਪਟਨ ਸਾਹਿਬ ਵੀ ਸਿੱਧੂ ਨੇ, ਉਹ ਤੋਂ ਵੀ ਬਹੁਤ ਡਰਦਾ। ਠੋਕੋ ਠੋਕੋ ਤਾੜੀ ਠੋਕ ਦਿਓ। ਅਸੀਂ ਤੇ ਸੰਘਰਸ਼ ਕਿਹਣਾ ਬਣਾਇਆ, ਅਸੀਂ ਤੇ ਤੇਰੇ ਵੱਟ ਦਿਆਂਗੇ ਕੱਢ। ਔਰ ਤੈਨੂੰ ਅੱਜ ਕਹਿ ਕੇ ਚੱਲਿਆ ਮਾਈਨਿੰਗ ਦੀ ਪਾਲਿਸੀ ਬਣੂਗੀ, ਮਾਈਨਿੰਗ ਦੀ ਪਾਲਿਸੀ ਬਣੂਗੀ, ਔਰ ਜੱਟਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ 800 ਰੁਪਏ ਤੋਂ 1000 ਰੁਪਏ ਤੱਕ ਟਰਾਲੀ ਮਿਲੂਗੀ, ਟਰਾਲੀ ਮਿਲੂਗੀ। ਇਹ ਸਾਡਾ ਵਿਰਸਾ ਹੈ। ਹਰਿਆਣਾ 1000 ਕਰੋੜ ਰੁਪਏ ਕਮਾਉਂਦਾ, ਤੇਲੰਗਾਨਾ 1 ਦਰਿਆ ਤੋਂ 1400 ਕਰੋੜ ਰੁਪਏ ਕਮਾਉਂਦਾ, ਤੇ ਅਸੀਂ 5 ਦਰਿਆਵਾਂ ਵਾਲਾ ਪੰਜਾਬ, ਅਸੀਂ 40 ਕਰੋੜ ਰੁਪਏ। ਸਭ ਮਜੀਠੀਆ ਟੱਪਦਾ। STF ਦੀ ਰਿਪੋਰਟ 'ਚ ਲਿਖਿਆ ਵੀ ਇਹਦੀ ਜਿਹੜੀ ਮਾਈਨਿੰਗ ਦੀ ਉਹ ਹੈ, ਇਹਦੀ ਵੀ ਤਹਿਕੀਕਾਤ ਕਰਨੀ ਚਾਹੀਦੀ ਹੈ। STF ਦੀ ਰਿਪੋਰਟ 'ਚ ਲਿਖਿਆ ਇਹਨੇ ਫੈਕਟਰੀਆਂ ਖਲਾਈਆਂ ਚਿੱਟਾ ਬਣਾਉਣ ਵਾਲੀਆਂ, ਤੇ ਇਹਨੇ ਬਾਹਰ ਭੇਜਿਆ ਉਹ ਚਿੱਟਾ,
ਐਸਟੀਐਫ ਦੀ ਰਿਪੋਰਟ 'ਚ ਲਿਖਿਆ ਤਸਕਰਾਂ ਦੇ ਨਾਲ ਰਾਤਾਂ ਗੁਜ਼ਾਰਦਾ ਸੀ। ਮੇਰੀ ਘਰ ਵਾਲੀ ਦੇ ਇਹਨੂੰ ਇਤਰਾਜ਼, ਆਪ ਤਸਕਰਾਂ ਨਾਲ ਸੌਂਦਾ ਸੀ। ਇਹਦਾ ਹਾਲ ਦੇਖੋ, ਚਿੱਟੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਇਹ ਨਸ਼ੇ ਵੇਚਦਾ ਸੀ। 38 ਲੱਖ ਰੁਪਈਆ ਇਹਨੂੰ ਚਾਲ ਨੇ ਆਪਣੇ ਅਕਾਊਂਟਾਂ ਦੇ ਵਿੱਚੋਂ ਟ੍ਰਾਂਸਫਰ ਕਰਕੇ ਦਿੱਤਾ ਵੀਰੋ। ਉਹਨਾਂ ਮਾਵਾਂ ਦਾ ਸੋਚੋ ਜਿਨ੍ਹਾਂ ਦੇ ਪੁੱਤਾਂ ਦੇ ਸਿਵਿਆਂ ਦੀ ਅੱਗ ਉਹਨਾਂ ਦੇ ਕਾਲਜਿਆਂ ਨੂੰ ਅੱਜ ਵੀ ਫੂਕਦੀ ਹੈ। ਠੰਡ ਉਦਣ ਪਊ ਜਿਦਣ ਇਹਦੇ ਪਟੇ ਵੱਜਣਗੇ, ਠੰਡ ਉਦਣ ਪਊ ਜਿਦਣ ਇਹਨੂੰ ਬੂਧਾ ਕਰਕੇ ਥਾਂ ਥਾਂ ਹੋ ਤੇ ਰੇਤਾ ਬਦਲੀ ਤਲ 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 ਉਦਣ ਪਊ ਠੰਡ। ਤੇ ਵੀਰੋ ਇਹਨਾਂ ਦਾ ਕੋਈ ਹਾਲ ਨਹੀਂ, ਚਾਰ ਇਲੈਕਸ਼ਨ ਹਰ ਲਏ ਇਹਨਾਂ ਨੇ, ਚਾਰ ਇਲੈਕਸ਼ਨ ਹਰ ਲਏ। 70 ਸੀਟਾਂ ਦੇ ਪਹਿਲਾਂ ਹਾਰੇ, ਗੁਰਦਾਸਪੁਰ 2 ਲੱਖ ਵੋਟਾਂ ਦੇ ਹਾਰੇ, ਫਿਰ 3 ਸ਼ਹਿਰਾਂ ਦੇ ਉੱਤੇ, ਚਾਹੇ ਪਟਿਆਲਾ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਚਾਹੇ ਲੁਧਿਆਣਾ, ਲੁਧਿਆਣੇ ਤੋਂ ਪਹਿਲਾਂ ਜਲੰਧਰ, ਉਹ ਤੋਂ ਬਾਅਦ ਫਿਰ ਲੁਧਿਆਣੇ ਵਾਲਾ ਇਲੈਕਸ਼ਨ ਹਾਰੇ, 4 ਇਲੈਕਸ਼ਨ ਹਾਰ ਗਏ। ਤੇ ਕਾਂਗਰਸ ਦੇ ਉਹ ਵਰਕਰੋ, ਸ਼ਤਰੂ ਦਾ ਸਮੂਲ ਨਾਸ਼ ਕਰੇ ਬਿਨਾਂ ਪ੍ਰਤਿਸ਼ਠਾ ਦੀ ਪ੍ਰਾਪਤੀ ਨਹੀਂ ਮਿਲਦੀ। ਇਹ ਹੁਣ ਤੁਹਾਡੇ ਉੱਤੇ ਹੈ, ਇਹ ਤੁਹਾਡੇ ਤੇ ਹੈ ਵੀਰੋ ਕਿ ਵੋਟ ਦੇ ਨਾਲ ਚੋਟ ਕਰੋ। ਇਹ ਲਾਈਵ ਬੁਲਟ ਦੀ ਨਹੀਂ, ਬੈਲਟ ਦੀ ਹੈ। ਮਸ਼ੀਨ ਦੀਆਂ ਚੀ ਚੀ ਕਰਾ ਦੇਣਾ, ਚੀਕਾਂ ਕਢਾ ਦੇਣਾ, ਲੇਕਿਨ ਇਹਨਾਂ ਲੋਕਾਂ ਨੂੰ, ਮੈਂ ਜਦੋਂ ਜਵਾਨ ਹੁੰਦਾ ਛਿੱਕਾ ਮਾਰਦਾ, ਹੁਣ ਵੀ ਜਵਾਨ ਹੀ ਹਾਂ, ਮੈਂ ਜਦੋਂ ਜਵਾਨ ਹੁੰਦਾ ਛਿੱਕਾ ਮਾਰਦਾ ਬਾਲ ਬਾਉਂਡਰੀ ਪਾਰ, ਤੇ ਤੁਸੀਂ ਐਸਾ ਛਿੱਕਾ ਮਾਰੋ ਕਿ ਦੋਨੇ ਜੀਜਾ ਸਾਲਾ ਪੰਜਾਬ ਦੀ ਬਾਉਂਡਰੀਓ ਪਾਰ ਮਾਰੋ, ਪਾਰ ਮਾਰੋ। ਬਾਬੇ ਨਾਨਕ ਵਾਲੀ ਤਕੜੀ ਤੋੜਨੀ ਪੈਣੀ, ਪੰਜਾਬ ਵੱਲ ਖੜ ਕੇ ਵੋਟ ਪਾਉਣੀ ਪੈਣੀ। ਇਹਨਾਂ ਦੇ ਪੱਲੇ ਹੀ ਕੁੱਖ ਨੇ, ਕੱਖ ਨੀ ਇਹਨਾਂ ਦੇ ਪੱਲੇ, ਇਹਨਾਂ ਕੋਲ ਹਰਾਮ ਦੇ ਪੈਸੇ ਹੈ। ਇਹਦੇ ਗਰੀਬ ਗੁਰਬਿਆਂ ਦੇ ਕੋਲ ਗੁੱਗਿਆਂ ਵਾਂਗ ਨਿਕਲਦੇ, ਗੁੱਗੇ ਦੇਖੇ ਨਾ, ਮੋਟੇ ਮੋਟੇ ਸੱਪ ਹੁੰਦੇ ਨੇ, ਐਂ ਕਰ ਗੁੱਗਾ, ਔਰ ਤੀਵੀਆਂ ਪੂਜਦੀਆਂ ਉੱਤੇ ਐਂ ਦੁੱਧ ਰੱਖ ਦਿੰਦੀਆਂ ਨੇ, ਗੁੱਗਾ ਰਾਤ ਨੂੰ ਨਿਕਲਦਾ ਕਰ ਕਰ ਕਰ, ਐਂ ਸੜਾਕਾ ਮਾਰਿਆ, ਦੁੱਧ ਅੰਦਰ ਤੇ ਗੁੱਗਾ ਵੀ ਅੰਦਰ। ਇਹ ਗੁੱਗੇ ਨੇ ਰਾਤਾਂ ਨੂੰ ਨਿਕਲਣਗੇ ਤੇ ਰਾਤਾਂ ਨੂੰ ਨਿਕਲ ਕੇ 2000 ਰੁਪਈਏ ਵੰਡਣਗੇ, ਸ਼ਰਾਬ ਦੀਆਂ ਬੋਤਲਾਂ ਵੰਡਣਗੇ, ਆ ਕੇ ਤੁਹਾਡਾ ਅਮਾਨ ਖਰੀਦਣਗੇ। ਸ਼ਹੀਦ ਭਗਤ ਸਿੰਘ ਨੇ ਦਿੱਤਾ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ, ਆਪਣਾ ਖੂਨ ਡੋਲ ਕੇ ਉਹਨੇ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ। ਦੇਖਿਓ ਕਿਤੇ ਆਪਣਾ ਇਮਾਨ ਨਾ ਵੇਚੋ, ਜਦੋਂ ਨਿਕਲ ਰਾਤਾਂ ਦੇ ਹਨੇਰਿਆਂ ਨੂੰ ਬੱਬੂ ਮਾਨ ਵਾਲਾ ਗਾਣਾ ਲਾ ਲਿਓ, ਉਹ ਰਾਤੀ ਮਿਲਣ ਰਾਹੀਂ ਉਹ ਪਿੰਡ ਪੈਰਾ ਲੱਗਦਾ, ਠੋਕੋ ਠੋਕੋ ਟਕਾ ਕੇ ਠੋਕੋ ਖਾ। ਵੀਰੋ ਮੈਂ ਤੁਹਾਨੂੰ ਇਹ ਵਚਨ ਦਿੰਦਾ, ਮੈਂ ਤੁਹਾਨੂੰ ਇਹ ਵਚਨ ਦਿੰਦਾ, ਮੈਨੂੰ ਆਪਣੇ ਭਰਾ ਤੇ ਬਹੁਤ ਭਰੋਸਾ ਆ ਵੀ ਮਿੱਤਰਾ, ਇਹ ਤਾਂ ਝੋਲੀ ਅੱਡ ਕੇ ਮੰਗਦਾ। ਤੇ ਮੈਂ ਤੁਹਾਨੂੰ ਕਹਿੰਦਾ ਜੋ ਮੈਂ ਅੰਮ੍ਰਿਤਸਰ ਜਾ ਕੇ ਕਿਹਾ ਸੀ ਕਿ ਤਿਲਕੇ ਨਾਲੋਂ ਹਲਕੀ ਰੂਈ, ਰੂਈ ਨਾਲੋਂ ਹਲਕਾ ਮੰਗਣ ਵਾਲਾ ਆਦਮੀ, ਬਿਨ ਮੰਗੇ ਮੋਤੀ ਮਿਲਦੇ ਆ, ਮੰਗ ਕੇ ਭੀਖ ਨਹੀਂ ਮਿਲਦੀ। ਮੈਂ ਗੁਰੂ ਦੇ ਦਰ ਤੇ ਜਦੋਂ ਝੁਕਦਾ ਤੇ ਮੈਂ ਕਹਿੰਦਾ ਗੁਰੂ ਸਾਹਿਬ ਮੈਨੂੰ ਮੰਗਣਾ ਨਹੀਂ ਆਉਂਦਾ, ਤੂੰ ਮੈਨੂੰ ਆਪਣਾ ਬਣਾ ਲੈ, ਤੂੰ ਮੈਨੂੰ ਆਪਣਾ ਬਣਾ ਲੈ। ਕੌਣ ਕਹਿੰਦਾ ਉਹ ਪਰਮਾਤਮਾ ਕਿਸੇ ਮੰਦਰ ਮਸੀਤ ਗੁਰਦੁਆਰੇ 'ਚ ਬੈਠਾ? ਪਰਮਾਤਮਾ ਜਿਵੇਂ ਤਿਲਾਂ 'ਚ ਤੇਲ ਹੈ, ਸਾਗਰ 'ਚ ਲਹਿਰਾਂ, ਫੁੱਲਾਂ 'ਚ ਖੁਸ਼ਬੂ ਹੈ, ਗੰਨੇ 'ਚ ਗੁੜ ਹੈ, ਦੁੱਧ 'ਚ ਮੱਖਣ ਹੈ, ਉਸੇ ਤਰ੍ਹਾਂ ਪਰਮਾਤਮਾ ਹਰੀ ਨਾਰਾਇਣ ਅੱਲਾ ਵਾਹਿਗੁਰੂ ਬਣ ਕੇ ਤੁਹਾਡੇ ਦਿਲਾਂ ਦੇ ਵਿੱਚ, ਤੁਹਾਡੇ ਅੰਦਰ ਚੁੱਪਿਆ। ਤੁਹਾਡੀ ਸੇਵਾ ਪਰਮਾਤਮਾ ਦੀ ਸੇਵਾ ਹੈ। ਮੈਂ ਤੁਹਾਨੂੰ ਕਹਿੰਦਾ ਔਰ ਤੁਹਾਨੂੰ ਵਚਨ ਦਿੰਦਾ ਕਿ ਮੇਰੇ ਭਰਾ ਨੂੰ MLA ਬਣਾ ਦਿਓ। ਬਿਊਰੋ ਰਿਪੋਰਟ, ਪੰਜਾਬ ਟੂਡੇ।